ਆ ਵੇਖੋ ਜਨਾਬ ਸਾਹਿਬ ਪਏ ਆ ਵੇਖੋ ਜਨਾਬ ਪਏ ਆ ਗੇਟ ਬੰਦ ਕਰ ਲਿਆ ਆ ਵੇਖੋ ਜਨਾਬ ਸਾਹਿਬ ਪਏ ਆ ਵੇਖੋ ਜਨਾਬ ਪਏ ਆ ਗੇਟ ਬੰਦ ਕਰ ਲਿਆ ਆ ਵੇਖੋ ਜਨਾਬ ਸਾਹਿਬ ਪਏ ਆ ਵੇਖੋ ਜਨਾਬ ਪਏ ਆ ਗੇਟ ਬੰਦ ਕਰ ਲਿਆ ਆ ਵੇਖੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਖੜਾ ਹਾਂ ਬੀ ਡੀ ਪੀ ਓ ਦਫ਼ਤਰ ਬਾਘਾ ਪੁਰਾਣਾ ਉੱਥੇ ਪਹਿਲਾਂ ਵੀ ਮੈਂ 3-4 ਵਾਰੀ ਆ ਚੁੱਕਿਆ ਜਦੋਂ ਵੀ ਜਿੰਨੇ ਵਾਰੀ ਵੀ ਆਉਣਾ ਅਤੇ ਬੀ ਡੀ ਪੀ ਓ ਸਾਹਿਬ ਆਪਣੇ ਕਮਰੇ 'ਚ ਨਹੀਂ ਹੁੰਦੇ ਉਹ ਉੱਪਰ ਆਪਣੇ ਇੱਕ ਰੂਮ ਬਣਿਆ ਵਾ ਉਹਦੇ ਵਿੱਚ ਬਹਿੰਦੇ ਆ ਆ ਵੇਖੋ ਕੋਈ ਵੀ ਔਫ ਨਹੀਂ ਟਾਈਮ ਦਫ਼ਤਰੀ ਟਾਈਮ ਹੈ ਇਹ ਦਫ਼ਤਰੀ ਟਾਈਮ ਦੇ ਵਿੱਚ ਬੀ ਡੀ ਪੀ ਓ ਸਾਹਿਬ ਦੀ ਕੁਰਸੀ ਖਾਲੀ ਪਈ ਆ ਬਾਘਾ ਪੁਰਾਣ ਦੇ ਬੀ ਡੀ ਪੀ ਓ ਸਾਹਿਬ ਦੀ ਕੁਰਸੀ ਆ ਜੀ ਮੈਂ ਜਿੰਨੇ ਵਾਰੀ ਵੀ ਆਇਆ 3-4 ਵਾਰੀ ਇੱਥੇ ਆਉਣਾ ਹੈ ਅਤੇ ਬੀ ਡੀ ਪੀ ਓ ਸਾਹਿਬ ਇੱਥੇ ਕੁਰਸੀ 'ਤੇ ਨਹੀਂ ਹੁੰਦੇ ਜੀ ਅਤੇ ਉੱਤੇ ਕਹਿ ਦਿੰਦੇ ਚੁਬਾਰੇ 'ਚ ਆਇਆ ਅਤੇ ਉੱਥੇ ਜਿੱਥੇ ਮਿਲਣ ਦੀ ਮਨਾਹੀ ਆ ਉਹਨਾਂ ਨੂੰ ਆਹ ਵੇਖੋ ਸਾਰਾ ਤੁਸੀਂ ਆਹ ਚੇਅਰਮੈਨ ਸਾਹਿਬ ਦਾ ਕਮਰਾ ਇੱਥੇ ਅਤੇ ਬੀ ਡੀ ਪੀ ਓ ਸਾਹਿਬ ਤਾਂ ਉੱਪਰ ਚੁਬਾਰੇ 'ਚ ਹੈ ਹੁਣ ਆਪਾਂ ਚੱਲਦੇ ਹਾਂ ਉੱਥੇ ਤੁਹਾਨੂੰ ਵਿਖਾਉਣਾ ਮੈਂ ਉੱਥੇ ਜਿੱਥੇ ਬੀ ਡੀ ਪੀ ਓ ਸਾਹਿਬ ਬਹਿੰਦੇ ਆ ਦਫ਼ਤਰੀ ਟਾਈਮ 'ਚ ਕੋਈ ਇਹ 'ਤੇ ਕਾਰਵਾਈ ਨਹੀਂ ਕੋਈ ਸਰਕਾਰ ਬਦਲਣਾ ਨਹੀਂ ਫਰਕ ਪਿਆ ਅਫਸਰ ਉਵੇਂ ਦੇ ਉਵੇਂ ਹੈ ਜਨਤਾ ਖੱਜਲ ਖੁਆਰ ਹੋ ਰਹੀ ਹੈ ਕਿਸੇ ਦੀ ਕੋਈ ਸੁਣਵਾਈ ਨਹੀਂ ਦਫ਼ਤਰਾਂ 'ਚ ਆਹ ਬਾਘੇ ਬਣੇ ਬੀ ਡੀ ਪੀ ਓ ਦਫ਼ਤਰ ਦਾ ਹਾਲ ਵੇਖੋ ਹੁਣ ਤੁਹਾਨੂੰ ਵਿਖਾਉਣਾ ਮੈਂ ਬੀ ਡੀ ਪੀ ਓ ਸਾਹਿਬ ਦਾ ਦਫ਼ਤਰ ਕਿੱਥੇ ਹੈ ਅਤੇ ਬਹਿੰਦੇ ਕਿੱਥੇ ਹੈ ਬਾਹਰ ਖੜਕਾਉਂਦੇ ਆਪਾਂ ਆਹ ਵੇਖੋ ਜਨਾਬ ਸਾਹਿਬ ਪਏ ਆਹ ਵੇਖੋ ਜਨਾਬ ਪਏ ਆਹ ਗੇਟ ਬੰਦ ਕਰ ਲਿਆ ਇਹ ਦਫ਼ਤਰੀ ਟਾਈਮ ਦੇ ਵਿੱਚ ਹੈ ਮੈਂ ਥੱਲੇ ਚੇਅਰਮੈਨ ਸਾਹਿਬ ਦੇ ਧਿਆਨ 'ਚ ਲਿਆ ਕੇ ਮੈਂ ਜੀ ਮੈਂ 3-4 ਵਾਰੀ ਆ ਚੁੱਕਿਆ ਜਿੰਨੇ ਵਾਰੀ ਵੀ ਮੈਂ ਆਉਣਾ ਅਤੇ ਬੀ ਡੀ ਪੀ ਓ ਸਾਹਿਬ ਹੁਣ ਤੁਸੀਂ ਵੇਖਿਆ ਬੈੱਡ 'ਤੇ ਆਰਾਮ ਫਰਮਾ ਰਿਹਾ ਟੋਪੀ ਲੈ ਕੇ ਇਹ ਹਾਲ ਆ ਜੀ ਆ ਲੋਕ ਤੁਰੇ ਫਿਰਦੇ ਆ ਜਨਤਾ ਖੱਜਲ ਖੁਆਰ ਬੀ ਡੀ ਪੀ ਓ ਸਾਹਿਬ ਬੈੱਡ 'ਤੇ ਆਰਾਮ ਫਰਮਾ ਰਹੇ ਆ ਇਹ ਹਾਲ ਆ ਜੀ ਕੋਈ ਸਰਕਾਰ ਨਹੀਂ ਬਦਲੀ ਕੋਈ ਕੁਛ ਕੋਈ ਫਰਕ ਨਹੀਂ ਪਿਆ ਦਫ਼ਤਰਾਂ ਦਾ ਆਹ ਵੇਖੋ ਕੁਛ ਮੁਲਾਜ਼ਮ ਆਪਦਾ ਕੰਮ ਕਰ ਰਹੇ ਆ ਉਹ ਕੰਮ ਕਰ ਰਹੇ ਕੁਛ ਪਰ ਬੀ ਡੀ ਪੀ ਓ ਸਾਹਿਬ ਚੁਬਾਰੇ 'ਚ ਬੈੱਡ 'ਤੇ ਆਰਾਮ ਫਰਮਾ ਰਹੇ ਆ ਕੋਈ ਫਰਕ ਨਹੀਂ ਪਿਆ ਸਰਕਾਰ ਬਦਲਣ ਕੋਈ ਲੋਕਾਂ ਨੂੰ ਸਹੂਲਤ ਨਹੀਂ ਉਸ ਮੁਲਾਜ਼ਮ ਆਪਣੀਆਂ ਸੀਟਾਂ 'ਤੇ ਕੰਮ ਕਰ ਰਹੇ ਆ ਪਰ ਬੀ ਡੀ ਓ ਸਾਹਿਬ ਉੱਪਰ ਚੁਬਾਰੇ 'ਚ ਆਰਾਮ ਫਰਮਾ ਰਿਹਾ ਮੈਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦਾ ਕਿ ਇਹੋ ਜਿਹੇ ਅਫਸਰਾਂ ਦੇ ਖਿਲਾਫ਼ ਕਾਨੂੰਨੀ ਵਿਭਾਗੀ ਕਾਰਵਾਈ ਤੁਰੰਤ ਕੀਤੀ ਜਾਵੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਲੋਕਾਂ ਦੀ ਖੱਜਲ ਖੁਆਰੀ ਕਰਨ ਵਾਲੇ ਅਤੇ ਆਪਦੇ ਡਿਊਟੀ ਨੂੰ ਡਿਊਟੀ ਨਾ ਸਮਝਣ ਵਾਲੇ ਮੁਲਾਜ਼ਮਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ ਧੰਨਵਾਦ